ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਕਈ ਦਿਨਾਂ ਬਾਅਦ ਤੁਹਾਡੇ ਸਾਹਮਣੇ ਹਾਜ਼ਰ ਹੋਣ ਦਾ ਮੌਕਾ ਮਿਲਿਆ ਇੱਕ ਅਜਿਹੀ ਜਾਣਕਾਰੀ ਜੋ ਕਿ ਕੁਝ ਹਫ਼ਤੇ ਪਹਿਲਾਂ ਮੈਨੂੰ ਮਿਲਦੀ ਹੈ ਉਸ ਨੂੰ ਤਸਦੀਕ ਕਰਨ ਤੇ ਉਸ ਦੇ ਬਾਰੇ ਵੇਰਵਾ ਇਕੱਠਾ ਕਰਨ ਦੇ ਵਿੱਚ ਸਮਾਂ ਕਾਫੀ ਲੱਗ ਗਿਆ ਬਹੁਤ ਸੇ ਸੂਤਰਾਂ ਨਾਲ ਗੱਲ ਨਹੀਂ ਹੋ ਪਾਰੀ ਸੀ ਸੋ ਇਸ ਕਾਰਨ ਇਸ ਰਿਪੋਰਟ ਨੂੰ ਬਣਨ ਦੇ ਵਿੱਚ ਸਮਾਂ ਲੱਗਾ ਹੈ ਲੇਕਿਨ ਅੱਜ ਜਿਹੜੀ ਰਿਪੋਰਟ ਮੈਂ ਤੁਹਾਡੇ ਸਾਹਮਣੇ ਜੋ ਜਾਣਕਾਰੀ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਉਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਅੰਡਰਵਰਲਡ ਦੇ ਵਿੱਚ ਕੀ ਬਦਲਾਅ ਪਿਛ ਦੇ ਵਿੱਚ ਦਿਸਣ ਵਾਲੇ ਨੇ ਕੀ ਬਦਲਾ ਆ ਚੁੱਕ ਕਿਸ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਗੈਂਗਸਟਰ ਤੇ ਉਸ ਦਾ ਜਿਹੜਾ ਟੋਲਾ ਹੈ ਯਾਨੀ ਕਿ ਲੋਰੈਂਸ ਬਿਸ਼ਨੋਈ ਉਹ ਦੁਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਦੀ ਰਿਪੋਰਟ ਉਹਨਾਂ ਘਟਨਾਵਾਂ ਉੱਤੇ ਆਧਾਰਿਤ ਹੈ ਸੋ ਮੈਂ ਅੱਜ ਗੱਲ ਕਰਾਂਗਾ ਬਠਿੰਡੇ ਸੈਂਟਰਲ ਜੇਲ ਦੀ ਅੱਜ ਤੋਂ 2 ਹਫ਼ਤੇ ਪਹਿਲਾਂ ਐਗਜ਼ੈਕਟ ਮੈਂ ਤਰੀਕਾ ਦਿਨ ਨਹੀਂ ਤੁਹਾਨੂੰ ਦੱਸ ਪਾਵਾਂਗਾ ਲੇਕਿਨ ਇਹ ਘਟਨਾ ਬਠਿੰਡੇ ਦੀ ਸੈਂਟਰਲ ਜੇਲ ਵਿੱਚ ਵਾਪਰੀ ਤੇ ਇਸ ਘਟਨਾ ਦੇ ਵਿੱਚ ਦੋ ਜਿਹੜੇ ਗੁੱਟ ਸੀ ਆਪਸ ਦੇ ਵਿੱਚ ਕੈਦੀਆਂ ਦੇ ਹਵਾਲਾਤੀਆਂ ਦੇ ਉਹ ਪਿੜ ਗਏ ਕਲੈਸ਼ ਹੋਇਆ ਸੋ ਬਠਿੰਡੇ ਦੀ ਸੈਂਟਰਲ ਜੇਲ ਦੇ ਵਿੱਚ ਇਹ ਜਿਹੜੇ ਦੋ ਗੁੱਟ ਕਲੈਸ਼ ਕੀਤੇ ਇਹ ਕਿਹੜੇ ਗੁੱਟ ਸੀ ਇਹ ਕਿਸੇ ਨੇ ਨਹੀਂ ਚਰਚਾ ਦੇ ਵਿੱਚ ਲਿਆਂਦਾ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇਹ ਗੁੱਟ ਅਸਲ ਦੇ ਵਿੱਚ ਕਿਹੜੇ ਗੁੱਟ ਸੀ ਤੇ ਇਹ ਲੜਾਈ ਕੋਈ ਸਾਧਾਰਨ ਲੜਾਈ ਨਹੀਂ ਸੀ ਇਸ ਲੜਾਈ ਦਾ ਇਸ ਕਲੈਸ਼ ਦਾ ਜੇਲ ਦੇ ਵਿੱਚ ਹੋਏ ਇਸ ਝਗੜੇ ਦਾ ਮਤਲਬ ਇਹ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਦੀ ਬਰਾੜ ਦੀ ਲੀਗ ਉਹਨਾਂ ਦਾ ਗੈਂਗ ਜਿਹੜਾ ਉੱਤਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ دہشتਾ ਦੂਸਰਾ ਨਾਂ ਬਣਦਾ ਜਾ ਰਿਹਾ ਸੀ ਜਾਂ ਜਾ ਰਿਹਾ ਹੈ ਉਹ ਦੁਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਗੋਲਟੀ ਬਰਾੜ ਤੇ ਲੋਰੈਂਸ ਬਿਸ਼ਨੋਈ ਦਾ ਪੰਜਾਬ ਦੇ ਵਿੱਚ ਇੱਕ ਮੁੱਢ ਮੰਨਿਆ ਜਾਂਦਾ ਉਹਨਾਂ ਦੀ ਰੀੜ ਦੀ ਹੱਡੀ ਮੰਨੀ ਜਾਣ ਵਾਲਾ ਗੈਂਗਸਟਰ ਜੱਗੂ ਭਗਵਾਨਪੂਰੀਆ ਹੁਣ ਇਸ ਗੁੱਟ ਨਾਲੋਂ ਇਸ ਲੀਗ ਨਾਲੋਂ ਅਲੱਗ ਹੋ ਚੁੱਕਾ ਹੈ ਲੇਕਿਨ ਮੇਰੀ ਸਾਜਿਦੀ ਰਿਪੋਰਟ ਵਿੱਚ ਮੈਂ ਸਿਰਫ ਗੱਲ ਕਰਾਂਗਾ ਬਠਿੰਡੇ ਕੇਂਦਰੀ ਜੇਲ੍ਹ ਦੇ ਵਿੱਚ ਇਹ ਜਿਹੜਾ ਝਗੜਾ ਇਹਨਾਂ ਗੁੱਟਾਂ ਦੇ ਵਿੱਚ ਹੋਇਆ ਤੇ ਕੋਈ ਅਲੱਗ-ਅਲੱਗ ਗੁੱਟ ਨਹੀਂ ਸਨ ਇਨਫੈਕਟ ਲੋਰੈਂਸ ਬਿਸ਼ਨੋਈ ਦੀ ਹੀ ਲੀਗ ਜਿਸ ਦਾ ਜੱਗੂ ਭਗਵਾਨਪੂਰੀਆ ਹਿੱਸਾ ਮੰਨਿਆ ਜਾਂਦਾ ਹੈ ਇਹ ਉਸੇ ਦੇ ਆਪਸ ਦੇ ਗੈਂਗਸਟਰਾਂ ਦੇ ਵਿੱਚ ਇੱਕ ਹੋਈ ਲੜਾਈ ਹੈ ਕੋਈ ਛੋਟੀ ਗੱਲ ਤੋਂ ਇਹ ਲੜਾਈ ਨਹੀਂ ਹੋਈ ਬਲਕਿ ਇਸ ਦੀ ਸੁਗਬੁਗਾਹਟ ਇਸ ਗੱਲਬਾਤ ਨੂੰ ਲੈ ਕੇ ਕਿ ਬਿਲਡ ਅਪ ਇਸ ਝਗੜੇ ਨੂੰ ਲੈ ਕੇ ਬਿਲਡ ਅਪ ਬੀਤੇ ਕਈ ਮਹੀਨਿਆਂ ਦੌਰਾਨ ਵਧਦਾ ਜਾ ਰਿਹਾ ਸੀ ਤੇ ਇਸ ਦੇ ਬੀਜ ਉਸ ਵਕਤ ਬੋਤੇ ਗਏ ਸੀ ਜਦੋਂ ਲੋਰੈਂਸ ਬਿਸ਼ਨੋਈ ਦਾ ਗੈਂਗ ਤੇ ਕੈਨੇਡਾ ਬੈਠਾ ਗੈਂਗਸਟਰ ਗੋਲਦੀ ਬਰਾੜ ਜੋ ਕਿ ਹੁਣ ਤੱਕ ਕਿਸੇ ਹੋਰ ਮੁਲਕ ਵਿੱਚ ਹੋ ਸਕਦਾ ਹੈ ਜਦੋਂ ਗੋਲਦੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਪਲਾਨ ਕਰਾਇਆ ਤੇ ਉਸ ਨੂੰ ਐਗਜ਼ੀਕਿਊਟ ਕਰਾਇਆ ਇਸ ਚੀਜ਼ ਦੀ ਜਾਣਕਾਰੀ ਸਭ ਨੂੰ ਹੈ ਕਿ ਗੋਲਡੀ ਬਰਾੜ ਦੇ ਕੇਸ ਤਰੀਕੇ ਦੇ ਨਾਲ ਇਸ ਵਾਰ ਦਾਤ ਨੂੰ ਅੰਜਾਮ ਦਵਾਇਆ ਤੇ ਹੁਣ ਇਹ ਚੀਜ਼ਾਂ ਵੀ ਅੱਖੋਂ ਪਰੋਖੇ ਨਹੀਂ ਨੇ ਕਿ ਜੱਗੂ ਭਗਵਾਨਪੁਰੀਆ ਉਸ ਦੇ ਆਪਣੇ ਗੈਂਗਸਟਰ ਉਸ ਦੇ ਨਾਲ ਦੇ ਉਹ ਲੋਕ ਜੋ ਕਿ ਅੰਡਰਵਰਲਡ ਦੇ ਵਿੱਚ ਉਸ ਦੇ ਨਾਲ ਕੰਮ ਕਰਦੇ ਰਹੇ ਨੇ ਤੇ ਉਹਨਾਂ ਵੱਲੋਂ ਮੁਹਈਆ ਕਰਵਾਏ ਗਏ ਹਥਿਆਰਾਂ ਦੀ ਮਦਦ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਾਇਆ ਗਿਆ ਜਿਹੜੇ ਦੋ ਮੇਨ ਗੈਂਗਸਟਰ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਯਾਨੀ ਕਿ ਕੋਰੋਲਾ ਮਾਡਿਊਲ ਜਿਹੜਾ ਸੀ ਮਨਪ੍ਰੀਤ ਮਾਨੂ ਤੇ ਜਗਰੂਪ ਰੂਪਾ ਜਗਰੂਪ ਰੂਪਾ ਜੱਗੂ ਭਗਵਾਨ ਪੂਰੀਆ ਦੀ ਲੀਗ ਦਾ ਇੱਕ ਬਹੁਤ ਹੀ ਐਕਟਿਵ ਮੈਂਬਰ ਸੀ ਤੇ ਉਸ ਦਾ ਐਨਕਾਊਂਟਰ ਮਨਪ੍ਰੀਤ ਮਾਨੋ ਦੇ ਨਾਲ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਉਹਨਾਂ ਦੋਵਾਂ ਨੂੰ ਨਿਊਟਰਾਈਜ਼ ਕਰਾਤਾ ਗਿਆ ਲੇਕਿਨ ਇਸ ਪੂਰੀ ਦੀ ਪੂਰੀ ਵਾਰਦਾਤ ਦੇ ਵਿੱਚ ਜੱਗੂ ਭਗਵਾਨ ਪੂਰੀਏ ਤੇ ਪੂਰੇ ਵਰਟੀਕਲ ਨੂੰ ਗੋਲਡੀ ਬਰਾੜ ਨੇ ਕੈਨੇਡਾ ਤੋਂ ਬੈਠ ਕੇ ਆਪਰੇਟ ਕੀਤਾ ਮੈਨੇਜ ਕੀਤਾ ਹੈਂਡਲ ਕੀਤਾ ਇਹ ਸਭ ਉਸ ਵਕਤ ਹੋਇਆ ਜਦੋਂ ਖੁਦ ਜੱਗੂ ਭਗਵਾਨ ਪੂਰੀਆ ਦਿੱਲੀ ਦੀ ਜੇਲ੍ਹ ਵਿੱਚ ਸੀ ਘਟਨਾ ਤੋਂ ਬਾਅਦ ਵਾਰਦਾਤ ਤੋਂ ਬਾਅਦ ਕਈ ਹਫ਼ਤੇ ਜੱਗੂ ਭਗਵਾਨਪੂਰੀਆ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਿਮਾਂਡ ਤੇ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਪੰਜਾਬ ਪੁਲਿਸ ਨੇ ਵੀ ਰਿਮਾਂਡ ਤੇ ਲਿਆ ਰਿਮਾਂਡਾਂ ਦੇ ਵਿੱਚ ਲਿਆਂਦੇ ਗਏ ਜੱਗੂ ਭਗਵਾਨਪੂਰੀਆ ਤੇ ਲਾਰੈਂਸ ਬਿਸ਼ਨੋਈ ਨੇ ਜੋ ਜਾਣਕਾਰੀਆਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਜਾਂ ਫਿਰ ਬਾਅਦ ਦੇ ਵਿੱਚ ਪੰਜਾਬ ਪੁਲਿਸ ਏਜੀਟੀਐਫ ਨੂੰ ਦਿੱਤੀਆਂ ਉਹਨਾਂ ਦੇ ਬੇਸਿਸ ਉੱਤੇ ਗੈਂਗਸਟਰਾਂ ਦੀ ਤਰ ਪਕੜ ਹੋਈ ਇਨਫੈਕਟ ਪਹਿਲੇ ਸੱਟੇ ਤੋਂ ਹੀ ਪਹਿਲੀ ਸਟੇਜ ਤੋਂ ਹੀ ਸਾਰਜ ਮਿੰਟੂ ਵਰਗੇ ਗੈਂਗਸਟਰਾਂ ਨੂੰ ਮਨਪ੍ਰੀਤ ਮੰਨੇ ਵਰਗੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਜੱਗੂ ਭਗਵਾਨਪੂਰੀ ਦਾ ਪੂਰਾ ਦਾ ਪੂਰਾ ਮੋਡਿਊਲ ਇਸ ਚੱਲੀ ਪੁੱਛ ਗਿੱਚ ਤੋਂ ਬਾਅਦ ਕਾਬੂ ਹੋਇਆ ਤੇ ਜਦੋਂ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਜੱਗੂ ਭਗਵਾਨਪੂਰੀ ਆ ਜਾਂਦਾ ਹੈ ਉਸ ਤੋਂ ਕੁਝ ਹੀ ਹਫ਼ਤਿਆਂ ਬਾਅਦ ਉਹ ਐਨਕਾਊਂਟਰ ਹੁੰਦਾ ਜਿਸ ਵਿੱਚ ਜਗਰੂਪ ਰੂਪਾ ਤੇ ਮਨਪ੍ਰੀਤ ਮਾਨੂੰ ਮਾਰ ਗਏ ਜਾਂਦੇ ਨੇ ਇਸ ਦੌਰਾਨ ਹੋਰ ਬਹੁਤ ਗੈਂਗਸਟਰਾਂ ਦੀ ਤਾਰ ਪਕੜ ਹੁੰਦੀ ਹੈ ਕੁਝ ਹੀ ਹਫਤੇ ਮਹੀਨੇ ਬਾਅਦ ਜਦੋਂ ਮਨਦੀਪ ਤੂਫਾਨ ਹੈ ਮਨੀ ਰਈਆ ਇਹ ਵੀ ਜਗੂ ਭਗਵਾਨਪੁਰੀਏ ਦੀ ਹੀ ਲੀਗ ਦੇ ਗੈਂਗਸਟਰ ਸਨ ਉਸਦੇ ਨਾਲ ਕੰਮ ਕਰਦੇ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸਮਝਾਇਆ ਵੀ ਜਾਂਦਾ ਕਿ ਇਹਨਾਂ ਦਾ ਵੀ ਇਨਕਾਊਂਟਰ ਹੁੰਦਾ ਹੁੰਦਾ ਬਚਿਆ ਸੋ ਉਸ ਵਕਤ ਪਿੰਡ ਪਿੰਡ ਇਕੱਠਾ ਹੋ ਗਿਆ ਤੇ ਰੌਲਾ ਰੱਪਾ ਕਾਫੀ ਪੈਣ ਤੋਂ ਬਾਅਦ ਹੀ ਇਹ ਲੋਕ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਏ ਹੁਣ ਸਵਾਲ ਇਹ ਉੱਠਨੇ ਸ਼ੁਰੂ ਹੋਏ ਤੇ ਇਨਾ ਗੈਂਗਸਟਰਾਂ ਦੇ ਗੈਂਗ ਮੈਂਬਰਾਂ ਦੇ ਵਿੱਚ ਸੁਗਬੁਗਾਹਟੇ ਸੀ ਕਿ ਜੱਗੂ ਭਗਵਾਨਪੂਰੀਏ ਤਾਂ ਪੂਰਾ ਦਾ ਪੂਰਾ ਗੈਂਗ ਉਸ ਦੇ ਨਾਲ ਜੁੜੇ ਹੋਏ तमाम ਲੋਗ ਸਿੱਧੂ ਮੂਸੇਵਾਲਾ ਦੇ ਕਤਲकांड ਦੀ ਤਫ਼ਤੀਸ਼ ਦੇ ਜਿਹੜੀ ਇਨਵੈਸਟੀਗੇਸ਼ਨ ਚੱਲੀ ਉਸ ਦੇ ਵਿੱਚ ਕਾਬੂ ਕਰ ਲਏ ਗਏ ਪੂਰਾ ਤਾਂ ਪੂਰਾ ਜੱਗੂ ਭਗਵਾਨਪੂਰੀ ਦਾ ਇੱਕ ਚੰਗਾ ਖਾਸਾ ਨੈਟਵਰਕ ਹਾਲਾਂਕਿ ਜੱਗੂ ਭਗਵਾਨਪੂਰੀ ਦੇ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਹ ਚੀਜ਼ ਵੀ ਇੱਕ ਰਿਕਾਰਡ ਦੀ ਗੱਲ ਕਹੀ ਜਾ ਸਕਦੀ ਹੈ ਕਿ ਬਹੁਤ ਅਜੇਹੇ ਜੱਗੂ ਭਗਵਾਨਪੂਰੀ ਦੇ ਗੈਂਗ ਮੈਂਬਰ ਸਨ ਜਿਨ੍ਹਾਂ ਵਿੱਚ ਮਨਦੀਪ ਤੂਫਾਨ ਤੇ ਮਨੀ ਰਈਆ ਸ਼ਾਮਲ ਸਨ ਜੋ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਹਮਲਾ ਹੋਣ ਵਾਲਾ ਹੈ ਇਹ ਜਾਣਕਾਰੀ ਮਿਲਣ ਤੋਂ ਬਾਅਦ ਇਸ ਹਮਲੇ ਤੋਂ ਪਿੱਛੇ हट ਗਏ ਆਪਣੇ ਫੋਨ ਤੱਕ ਉਹਨਾਂ ਨੇ ਬੰਦ ਕਰਤੇ ਤੇ ਗੋਲਡੀ ਬਰਾੜ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਲੇਕਿਨ ਉਹਨਾਂ ਲੋਕਾਂ ਨੇ ਫੋਨ ਨਹੀਂ ਚੁੱਕੇ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨਾ ਕੋਈ ਨਹੀਂ ਸੀ ਚਾਹਦਾ ਜੱਗੂ ਭਗਵਾਨਪੁਰੀਏ ਦੇ ਅੰਗਲ ਤੋਂ ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਜੱਗੂ ਭਗਵਾਨਪੁਰੀਏ ਨੇ ਉਹ ਹਥਿਆਰ ਵੀ ਮੁਹਈਆ ਕਰਾਇਆ ਤੇ ਉਹ ਗੈਂਗਸਟਰ ਜਿਹੜੇ ਹਥਿਆਰ ਜਾ ਕੇ ਅੱਗੇ ਦੇ ਕੇ ਆਂਦੇ ਨੇ ਉਹ ਵੀ ਉਸੇ ਦੇ ਮੈਂਬਰ ਹੁੰਦੇ ਨੇ ਉਸੇ ਦੇ ਗੁਰਗੇ ਹੁੰਦੇ ਨੇ ਸੋ ਜੱਗੂ ਭਗਵਾਨਪੁਰੀਏ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ਤੋਂ ਅਲੱਗ ਕੀਤਾ ਹੀ ਨਹੀਂ ਸੀ ਜਾ ਸਕਦਾ ਇਸ ਚੀਜ਼ ਨੂੰ ਜਾਣਦਿਆਂ ਹੋਇਆਂ ਵੀ ਕਿ ਜੱਗੂ ਭਗਵਾਨਪੁਰੀਏ ਦਾ ਆਪਣਾ ਕੋਈ ਵਿਅਕਤੀਗਤ ਮੁਫਾਦ ਜਾਂ ਕੋਈ ਅਜਿਹੇ ਕਾਰਨ ਨਹੀਂ ਸੀ ਜਿਸ ਕਾਰਨ ਉਹ ਸਿੱਧੂ ਮੂਸੇਵਾਲਾ ਨੂੰ ਕਤਲ ਕਰਦਾ ਸਿਰਫ ਲਾਰੈਂਸ ਬਿਸ਼ਨੋਈ ਇਹ ਗੋਲਡੀ ਬਰਾੜ ਦੇ ਨਾਲ ਉਸ ਦੀ ਜਿਹੜਾ ਗੈਂਗ ਇਕੱਠੇ ਮਿਲ ਕੇ ਕੰਮ ਕਰਦੇ ਸੀ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਸੀ ਉਸੇ ਪਾਈਚਾਰੇ ਦੇ ਵਿੱਚ ਇਸ ਨੇ ਇਸ ਵਾਰਦਾਤ ਦਾ ਹਿੱਸਾ ਪਨਣ ਦੀ ਗੱਲ ਨੂੰ ਐਕਸੈਪਟ ਕੀਤਾ ਤੇ ਜੱਗੂ ਭਗਵਾਨਪੂਰੀਆ ਵੱਲੋਂ ਆਪਣਾ ਪੂਰਾ ਦਾ ਪੂਰਾ ਗੈਂਗ ਤੇ ਉਸਦੇ ਸਾਰੇ ਮੈਂਬਰ ਗੋਲਡੀ ਬਰਾੜ ਦੇ ਡਿਸਪੋਜ਼ਲ ਉੱਤੇ ਦੇ ਦਿੱਤੇ ਗਏ ਸਨ ਖੁਦ ਤਾਂ ਦਿਹਾੜ ਜੇਲ੍ਹ ਦੇ ਵਿੱਚ ਬੈਠਾ ਸੀ ਲੇਕਿਨ ਗੋਲਡੀ ਬਰਾੜ ਦੇ ਉਹਨਾਂ ਸਾਰੇ ਮੈਂਬਰਾਂ ਨੂੰ ਵਰਤ ਕੇ ਕਿ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਵਾਇਆ ਤੇ ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਗਰਾਫਟਾ ਉੱਤੇ ਉઠਿਆ ਲੇਕਿਨ ਜੱਗੂ ਭਗਵ ਜੱਗੂ ਭਗਵਾਨ ਪੁਰੀਏ ਨੂੰ ਜੇਲ੍ਹਾਂ ਦੇ ਵਿੱਚ ਕਸਟੋਡੀਅਲ ਇੰਟਰੋਗੇਸ਼ਨ ਵੀ ਉਸ ਦੀ ਸਖਤੀ ਦੇ ਨਾਲ ਹੋਈ ਤੇ ਉਸ ਨੂੰ ਆਪਣੇ ਕਈ ਅਜਿਹੇ ਬੰਦੇ ਆ ਕਈ ਅਜਿਹੇ ਮੈਂਬਰਾਂ ਦੀ ਜਾਣਕਾਰੀ ਵੀ ਪੁਲਿਸ ਨੂੰ ਦੇਣੀ ਪਈ ਹੋ ਸਕਦੀ ਹੈ ਉਸ ਨੇ ਦਿੱਤੀ ਜਿਸ ਤੋਂ ਬਾਅਦ ਹੀ ਇਹ ਜਿਹੜੀ ਤਾਰ ਪਕੜ ਵੀ ਸੰਭਵ ਹੋ ਪਾਈ ਤੇ ਇਹ ਜਿਹੜੇ ਬਹੁਤ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਨੇ ਕੀਤਾ ਇਹ ਵੀ ਸੰਭਵ ਹੋ ਪਾਇਆ ਤੇ ਇਹ ਗੱਲ ਜੱਗੂ ਭਗਵਾਨ ਪੁਰੀਏ ਤੇ ਆਪਣੇ ਹੀ ਗੈਂਗ ਦੇ ਮੈਂਬਰਾਂ ਨੂੰ ਰੜਕ ਰਹੀ ਸੀ ਜੱਗੂ ਦੇ ਗੈਂਗ ਦੇ ਕਈ ਮੈਂਬਰ ਪਹਿਲਾਂ ਤੋਂ ਹੀ ਸੁਭਗਾ ਰਹੇ ਸਨ ਇਸ ਗੱਲ ਦਾ ਮਲਾਲ ਉਹਨਾਂ ਦੇ ਮਨਾਂ ਦੇ ਵਿੱਚ ਸੀ ਕਿ ਉਹਨਾਂ ਦੇ ਆਪਣੇ ਜਿਹੜੇ ਮੈਂਬਰ ਹੈਗੇ ਨੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਮੁਫਾਤ ਤੋਂ ਜਾਂ ਕੋਈ ਵੱਡੇ ਇੰਟਰਸਟ ਤੋਂ ਲੋਰੈਂਸ ਦੀ ਲੀਗ ਦੇ ਮਗਰ ਲੱਗੇ ਗੋਲਡੀ ਬਰਾੜ ਦੇ ਇਸ਼ਾਰੇ ਉੱਤੇ ਕੰਮ ਕਰਨ ਲੱਗ ਗਏ ਤੇ ਇਸ ਚੱਕਰ ਦੇ ਵਿੱਚ ਉਹਨਾਂ ਦੀ ਧਾਰ ਪਕੜਵੀ ਹੋਈ ਦਰਜਨਾਂ ਦੇ ਹਿਸਾਬ ਨਾਲ ਉਹ ਗੈਂਗਸਟਰ ਨੂੰ ਚੁੱਕਿਆ ਗਿਆ ਤੇ ਜੱਗੂ ਭਗਵਾਨ ਪੂਰੀਏ ਦੇ ਗੈਂਗਸਟਰ ਨੂੰ ਜਾਂ ਉਸਦੇ ਗੈਂਗ ਨੂੰ ਇਸ ਵਿੱਚੋਂ ਮਿਲਿਆ ਕੀ ਸੋ ਇਹ ਗੱਲਬਾਤ ਇੱਕ ਪਾਸੇ ਸੀ ਤੇ ਜਿਹੜਾ ਇਨਕਾਊਂਟਰ ਜਗਰੂਪ ਰੂਪੇ ਦਾ ਹੋਇਆ ਜੋ ਕਿ ਜੱਗੂ ਭਗਵਾਨਪੁਰੀ ਦੇ ਦੇਖੋ ਮਨਪ੍ਰੀਤ ਮਾਨੂੰ ਇੱਕ ਵੱਖਰੇ ਕਿਸਮ ਦਾ ਕ੍ਰਾਈਮਨਲ ਸੀ ਉਹ ਜੱਗੂ ਭਗਵਾਨਪੁਰੀ ਦੇ ਨਾਲ ਉਸ ਤਰੀਕੇ ਨਾਲ ਅਟੈਚ ਨਹੀਂ ਸੀ ਲੇਕਿਨ ਜਗਰੂਪ ਰੂਪਾ ਕਈ ਅਜਿਹੇ ਗੈਂਗਸਟਰ ਜਿਸ ਵਿੱਚ ਗੋਲੀ ਕਾਜ਼ੀਕੋਟ ਸ਼ਾਮਲ ਸੀ ਜਿਸ ਵਿੱਚ ਸਾਰਜ ਬਿੰਟੂ ਜਾਂ ਹੋਰ ਗੁਰਦਾਸਪੁਰ ਅੰਮ੍ਰਿਤਸਰ ਦੇ ਪਾਸੇ ਐਕਟਿਵ ਜਿਹੜੇ ਗੈਂਗਸਟਰ ਰਹੇ ਸੀ ਜਾਂ ਗੈਂਗ ਰਹੇ ਸੀ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਸੀ ਸੋ ਇਸ ਗੱਲ ਦਾ ਗੁੱਸਾ ਮਣਾ ਦੇ ਵਿੱਚ ਸੀ ਕਿ ਉਸ ਦੀ ਟਿਪ ਆਫ ਜਾਂ ਲੀਡ ਪੁਲਿਸ ਨੂੰ ਕਿਸ ਨੇ ਦਿੱਤੀ ਜਿਸ ਤੋਂ ਬਾਅਦ ਸੋ ਇਸ ਪੂਰੇ ਦੇ ਪੂਰੀ ਕੁੜਤਨ ਦੇ ਮਾਹੌਲ ਦੇ ਚੱਲਦੇ ਆ ਬੋਬੀ ਮਲੋਤਰਾ ਇੱਕ ਜਿਹੇ ਗੈਂਗਸਟਰ ਜੋ ਕਿ ਜੱਗੂ ਭਗਵਾਨ ਪੂਰੀ ਦੇ ਨਾਲ ਹੀ ਆਇਡੈਂਟੀਫਾਈ ਕੀਤਾ ਜਾਂਦਾ ਰਿਹਾ ਹੈ ਉਸ ਦੇ ਨਾਲ ਹੀ ਰਲ ਕੇ ਕੰਮ ਕੀਤਾ ਹੈ ਉਸ ਦਾ ਜੱਗੂ ਭਗਵਾਨ ਪੂਰੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਇਤਸਾ ਜਾਂਦਾ ਹੈ ਕਿ ਜੱਗੂ ਭਗਵਾਨਪੁਰੀਆ ਬੋਬੀ ਮਲੋਤਰੇ ਦੇ ਗਲੇ ਪੈ ਜਾਂਦਾ ਹੈ ਇਹ ਸਭ ਬਠਿੰਡਾ ਸੈਂਟਰਲ ਜੇਲ੍ਹ ਦੀ ਮੈਂ ਗੱਲ ਕਰ ਰਿਹਾ ਹਾਂ ਸੋ ਬੋਬੀ ਮਲੋਤਰਾ ਉਸ ਤੋਂ ਬਾਅਦ ਬੰਦੇ ਇਕੱਠੇ ਕਰਦਾ ਹੈ ਜਿਸ ਦੇ ਵਿੱਚ ਗੋਲੀ ਕਾਜ਼ੀ ਕੋਟ ਜੋ ਕਿ ਜੱਗੂ ਭਗਵਾਨਪੁਰੀ ਦੇ ਨਾਲ ਕੰਮ ਕਰਦਾ ਰਿਹਾ ਸਰਜ ਮਿੰਟੂ ਜੋ ਕਿ ਅਗੇਨ ਜੱਗੂ ਭਗਵਾਨਪੁਰੀਏ ਦੇ ਹੀ ਲੀਗ ਦੇ ਵਿੱਚੋਂ ਸੀ ਤੇ ਖੁਦ ਬੋਬੀ ਮਲੋਤਰਾ ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਸ਼ਾਰਪ ਸ਼ੂਟਰ ਕਹੇ ਲਈਏ ਗੁਰਗਾ ਕੇ ਲਈਏ ਉਹਨਾਂ ਦੇ ਨਾਲ ਮਿਲ ਕੇ ਬਠਿੰਡੇ ਸੈਂਟਰਲ ਜੇਲ੍ਹ ਦੇ ਵਿੱਚ ਉਸ ਬੈਰਕ ਵਿੱਚ ਜਾਂਦੇ ਨੇ ਜਿੱਥੇ ਜੱਗੂ ਭਗਵਾਨਪੂਰੀਆ ਜਗਰੋਸ਼ਨ ਹੁੰਡਲ ਦੀਪਕ ਟੀਨੂ ਤੇ ਇਹਨਾਂ ਦੇ ਨਾਲ ਕੁਝ ਹੋਰ ਸਾਥੀ ਹੁੰਦੇ ਨੇ ਆਪਸ ਦੇ ਵਿੱਚ ਇਹਨਾਂ ਸਾਰੇ ਗੈਂਗਸਟਰਾਂ ਦਾ ਝਗੜਾ ਹੁੰਦਾ ਹੈ ਆਪਣੀ ਹੀ ਬੈਰਕ ਦੇ ਵਿੱਚ ਜੱਗੂ ਭਗਵਾਨਪੂਰੀਏ ਉੱਤੇ ਇੱਕ ਹਮਲਾ ਹੁੰਦਾ ਹੈ ਜਿਸ ਵਿੱਚ ਕੀ ਉਸਦੇ ਆਪਣੇ ਨਾਲ ਕੰਮ ਕਰਦੇ ਰਹੇ ਉਸਦੀ ਹੀ ਲੀਗ ਦੇ ਗੈਂਗਸਟਰ ਗੋਲੀ ਕਾਜ਼ੀ ਕੋਟ ਸਾਰਜ ਮਿੰਟੂ ਬੋਬੀ ਮਲੋਤਰਾ ਸੰਪਤ ਨਹਿਰੇ ਦੇ ਨਾਲ ਰਲ ਕੇ ਕੁੱਟਮਾਰ ਕਰਦੇ ਨੇ ਵਾਪਸ ਦੇ ਵਿੱਚ ਜਵਾਬੀ ਕਾਰਵਾਈ ਵੀ ਹੁੰਦੀ ਹੈ ਜੱਗੂ ਭਗਵਾਨਪੁਰੀਏ ਵੱਲੋਂ ਵੀ ਦੀਪਕ ਟੀਨੂ ਯਸ ਦੇ ਨਾਲ ਹੁੰਦੇ ਨੇ ਹੁਣ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਲਾਰੈਂਸ ਬਿਸ਼ਨੋਈ 골ਡੀ ਇਮਰਾੜ ਤੇ ਜੱਗੂ ਭਗਵਾਨਪੁਰੀ ਦੀ ਲੀਗ ਹੈ ਜਿਨਨੇ ਆਪਸ ਦੇ ਵਿੱਚ ਇਹ ਗੈਂਗਸਟਰ ਬਠਿੰਡੇ ਸੈਂਟਰਲ ਜੇਲ੍ਹ ਦੇ ਵਿੱਚ ਉਸ ਬਾਰਕ ਦੇ ਵਿੱਚ ਭੇੜੇ ਇਹ ਸਾਰੇ ਦੇ ਸਾਰੇ ਇੱਕ ਹੀ ਗੈਂਗ ਯਾਨੀ ਕਿ ਗੈਂਗ ਬਖ ਬਖ ਸੀ ਲੇਕਿਨ ਲੀਗ ਇਹ ਨਦੀ ਇਕੱਠੀ ਸੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੀ ਕਾਤਲ ਲੀਗ ਸੀ ਉਸ ਦੇ ਆਪਸ ਦੇ ਵਿੱਚ ਗੈਂਗਸਟਰ ਕਿਵੇਂ ਇੱਕ ਦੂਸਰੇ ਦੇ ਗਲੇ ਪਏ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਲੜਾਈ ਦਾ ਝਗੜੇ ਦਾ ਮਾਇਨਾ ਕੀ ਹੈ ਕਿਉਂਕਿ ਜੱਗੂ ਭਗਵਾਨਪੂਰੀਆ ਉਸ ਦੇ ਮੈਂਬਰਾਂ ਦਾ ਨੁਕਸਾਨ ਹੋਇਆ ਸਭ ਕੰਮ ਵੀ ਉਹਨਾਂ ਨੇ ਕੀਤਾ ਹਥਿਆਰ ਤੱਕ ਉਸ ਨੇ ਸਪਲਾਈ ਕਰਾਏ ਮੈਂਬਰ ਤੱਕ ਉਸ ਨੇ ਦਿੱਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਬਾਅਦ ਦੇ ਵਿੱਚ ਫੜੇ ਜਾਣ ਵਾਲੇ ਐਨਕਾਊਂਟਰਾਂ ਦੇ ਵਿੱਚ ਮਾਰੇ ਜਾਣ ਵਾਲੇ ਮੈਂਬਰ ਜੱਗੂ ਭਗਵਾਨਪੂਰੀਏ ਦੀ ਲੀਗ ਦੇ ਬੰਦੇ ਸਨ ਇਹ ਵੀ ਸਮਝਿਆ ਜਾਂਦਾ ਰਿਹਾ ਹੈ ਤੇ ਇਹ ਗੱਲ ਆਪਾਂ ਗੱਲਬਾਤ ਪਹਿਲਾਂ ਵੀ ਕਈ ਵਾਰ ਕਈ ਰਿਪੋਰਟਾਂ ਦੇ ਧਾਰੇ ਵਿੱਚ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਜਾਂ ਗੋਲਡੀ ਬਰਾੜ ਦਾ ਪੰਜਾਬ ਦੇ ਵਿੱਚ ਆਪਣਾ ਕੋਈ ਏਡਾ ਵੱਡਾ ਆਧਾਰ ਨਹੀਂ ਰਿਹਾ ਹੈ ਜ਼ਿਆਦਾਤਰ ਜਿਹੜੀਆਂ ਵਾਰਦਾਤਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਸ ਦੇ ਲਈ ਉਹਨਾਂ ਨੂੰ ਜੱਗੂ ਭ ਮਦਦ ਲੈਣੀ ਪਈ ਹੈ ਹਰ ਛੋਟੀ ਤੋਂ ਲੈ ਕੇ ਵੱਡੀ ਵਾਰਦਾਤ ਦੇ ਵਿੱਚ ਇਹਨਾਂ ਗੈਂਗਸ ਨੇ ਆਪਸ ਦੇ ਵਿੱਚ ਇੱਕ ਲੀਗ ਬਣ ਕੇ ਕੰਮ ਕੀਤਾ ਹੈ ਇਹ ਚੀਜ਼ ਵਾਇਸ ਵਰਸਾ ਵੀ ਹੈ ਲੇਕਿਨ ਫੈਕਟ ਆਫ ਦਿ ਮੈਟਰ ਹੈ ਇਸ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਜਿਆਦਾ ਆਧਾਰ ਰਹਾ ਹੈ ਉਹ ਰਾਜਸਥਾਨ ਵਾਲੇ ਪਾਸੇ ਹਰਿਆਣੇ ਵਾਲੇ ਪਾਸੇ ਰਿਹਾ ਹੈ ਕੁਛ ਹਾਤਾ ਕੁ ਉਸਨੇ ਦਿੱਲੀ ਦੇ ਵਿੱਚ ਵੀ ਐਨਸੀਆਰ ਆਊਟਰ ਦਿੱਲੀ ਦੇ ਵਿੱਚ ਵੀ ਏਰੀਆ ਦੇ ਵਿੱਚ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਉਸ ਦਾ ਜਿਹੜਾ ਝਗੜਾ ਹੋਰ ਉੱਥੇ ਦੇ ਲੋਕਲ ਗੈਂਗਸ ਦੇ ਨਾਲ ਰਿਹਾ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਉਹਦੇ ਪੈਰ ਫੈਲਨੇ ਸ਼ੁਰੂ ਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਲਾਰੈਂਸ ਬਿਸ਼ਨੋਏ ਨੇ ਖੁਦ ਕੰਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੰਜਾਬ ਦੇ ਵਿੱਚ ਇੱਕ ਰੀੜ ਦੀ ਹੱਡੀ ਲਾਰੈਂਸ ਦੀ ਲੀਗ ਦੀ ਸੀ ਜੱਗੂ ਭਗਵਾਨਪੁਰਿਆ ਤੇ ਹੁਣ ਸਥਿਤੀ ਦੇਖੋ ਕਿ ਲਾਰੈਂਸ ਦੀ ਲੀਗ ਖੁਦ ਹੀ ਦੁਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕੱਲੀ ਲਾਰੈਂਸ ਦੀ ਲੀਗ ਇਹ ਇਹ ਗੱਲਬਾਤ ਵੀ ਕਹਿਣ ਦੇ ਵਿੱਚ ਵੀ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ ਇਸ ਨੂੰ ਆਪਾਂ ਨੈਸੈਸਰਲੀ ਇਹ ਨਾ ਮੰਨਿਏ ਕਿ ਲਾਰੈਂਸ ਦੀ ਲੀਗ ਦੁਫਾੜ ਹੋਈ ਹੈ ਬਲਕਿ ਇਹ ਵੀ ਫੈਕਟ ਹੈ ਕਿ ਜੱਗੂ ਭਗਵਾਨਪੂਰੀ ਦਾ ਆਪਣਾ ਗੈਂਗ ਵੀ ਦੁਫਾੜ ਹੋਇਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਜੱਗੂ ਭਗਵਾਨਪੂਰੀ ਆ ਬੋਬੀ ਮਲੋਤਰੇ ਦੇ ਗਲੇ ਪੈਂਦਾ ਕਿਸੇ ਗੱਲ ਨੂੰ ਲੈ ਕੇ ਤੇ ਉਸ ਗੱਲਬਾਤ ਦੇ ਵਿੱਚ ਉਹ ਸੁਗਬਗ ਹਟ ਹੈਗੀ ਹੈ ਜੋ ਕਿ ਜੱਗੂ ਦੇ ਟੀਮ ਦੇ ਮੈਂਬਰਾਂ ਜਾਂ ਗੈਂਗ ਦੇ ਮੈਂਬਰਾਂ ਦੀ ਧਾਰ ਪਕੜ ਜਿਹੜੀ ਹੋ ਰਹੀ ਹੈ ਉਸ ਦੇ ਨਾਲ ਜੁੜੀ ਹੋਈ ਹੈ ਉਸ ਵਕਤ ਬੋਬੀ ਮਲੋਤਰੇ ਤੇ ਜੱਗੂ ਭਗਵਾਨਪੂਰੀ ਦੇ ਵਿੱਚ ਖੁਦ ਸੰਪਤ ਨੈਰਾ ਆ ਜਾਂਦਾ ਹੈ ਸੋ ਉਸ ਦੀ ਮਨਸ਼ਾ ਇਹ ਰਹੀ ਹੋ ਸਕਦੀ ਹੈ ਕਿ ਉਹ ਆਪਸ ਦੇ ਵਿੱਚ ਇਹ ਝਗੜੇ ਨੂੰ ਨਹੀਂ ਹੋਣ ਦੇਣਾ ਚਾਹੁੰਦਾ ਕਿਉਂਕਿ ਲੈ ਦੇ ਕੇ ਸਾਰੇ 21 ਲੀਗ ਦੇ ਮੈਂਬਰ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਬੌਬੀ ਮਲੋਤਰਾ ਵਾਪਸ ਇਕੱਠਾ ਲੈ ਕੇ ਸਭ ਨੂੰ ਆਂਦਾ ਹੈ ਤੇ ਦੂਸਰੇ ਪਾਸੇ ਇਤਿਫਾਕ ਦੇਖੋ ਕਿ ਖਾਸਮ ਖਾਸ ਸੰਪਤ ਨੇਰੇ ਦਾ ਦੀਪਕ ਟਿੰਨੂ ਤੇ ਇਹ ਦੋਵੇਂ ਅਲੱਗ ਕਦੇ ਨਹੀਂ ਹੋ ਸਕਦੇ ਸੋ ਦੀਪਕ ਟਿੰਨੂ ਇਸ ਕੇਸ ਦੇ ਵਿੱਚ ਉਸ ਬੈਰਕ ਦੇ ਵਿੱਚ ਹੁੰਦਾ ਹੈ ਯਾਨੀ ਜਿਸ ਕੇ ਬੈਰਕ ਦੇ ਵਿੱਚ ਜਗਰੋਸ਼ਨ ਹੁੰਡਲ ਦੇ ਨਾਲ ਖੁਦ ਜੱਗੂ ਭਗਵਾਨਪੁਰੀਆ ਹੁੰਦਾ ਸੋ ਬਠਿੰਡੇ ਦੀ ਸੈਂਟਰਲ ਜੇਲ ਦਾ ਇਹ ਜਿਹੜਾ ਝਗੜਾ ਹੈ ਇਹ ਕੋਈ ਛੋਟਾ ਝਗੜਾ ਨਹੀਂ ਹੈ ਬਲਕਿ ਇੱਕ ਬਹੁਤ ਵੱਡਾ ਸ਼ਿਫਟ ਹੈ ਜੋ ਕਿ ਲਾਰੈਂਸ ਦੀ ਲੀਗ ਤੇ ਉਸ ਦਾ ਜਿਹੜਾ ਇੱਕ ਸਬ ਗੈਂਗ ਉਸ ਦਾ ਸਬ ਗੈਂਗ ਨਹੀਂ ਬਲਕਿ ਪੰਜਾਬ ਦਾ ਇੱਕ ਵੱਡਾ ਨਾਮੀ ਗੈਂਗ ਹੈ ਜੱਗੂ ਭਗਵਾਨਪੁਰੀ ਦਾ ਗੈਂਗ ਇਹਨਾਂ ਦੇ ਦੂਰ ਜਾਣ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਬਦਲਾਅ ਹੋ ਰਹੇ ਹੈਗੇ ਨੇ ਕਿਉਂਕਿ ਇਸ ਤਰੀਕੇ ਦੀ ਲੋਬਿੰਗ ਜਿਹੜੀ ਹੈ ਇਹਨਾਂ ਦੇ ਆਪਸ ਦੇ ਜਿਹੜੇ ਗੈਂਗ ਮੈਂਬਰ ਹੈਗੇ ਨੇ ਉਹਨਾਂ ਦੇ ਵੀ ਸ਼ੁਰੂ ਹੋ ਚੁੱਕੀ ਹੈ ਕਿ ਹੁਣ ਸਾਥ ਕਿਸਦਾ ਦੇਣਾ ਹੈ ਜੱਗੂ ਭਗਵਾਨ ਪੂਰੀ ਦੇ ਨਾਲ ਖੜੇ ਹੋਣਾ ਹੈ ਜਾਂ ਫਿਰ ਲਾਰੈਂਸ ਦੀ ਲੀਗ ਦੇ ਨਾਲ ਜਾਂ ਗੋਲਡੀ ਬਰਾਡ ਵਗੈਰਾ ਦੇ ਨਾਲ ਖੜੇ ਹੋਣਾ ਹੈ ਭਗਵਾਨ ਪੂਰੀ ਨੂੰ ਇਸ ਚੀਜ਼ ਦਾ ਵੀ ਮਲਾਲ ਸੀ ਕਿ ਮੋਸੇ ਵਾਲਾ ਕਤਲ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਬਰਾਡ ਦਾ ਨਾਂ ਪੰਜਾਬ ਦੇ ਅੰਡਰਵਰਲਡ ਦੇ ਵਿੱਚ ਵੀ ਉੱਚਾ ਹੋਇਆ ਜਿੱਥੇ ਕਿ ਪਹਿਲਾਂ ਉਹਨਾਂ ਦਾ ਐਡਾ ਵੱਡਾ ਲੰਮਾ ਚੌੜਾ ਆਧਾਰ ਉਸ ਲੈਵਲ ਤੇ ਨਹੀਂ ਰਿਹਾ ਸੋ ਜਿਹੜੀਆਂ ਫਿਲੋਫਰੋਤੀਆਂ ਲੱਖਾਂ ਰੁਪਏ ਚ ਲਾਰੈਂਸ ਜਾਂ ਉਸ ਦਾ ਗਰੁੱਪ ਗੋਲਡੀ ਬਰਾਡ ਵਗੈਰਾ ਲੈਂਦੇ ਸੀ ਉਹ ਕਰੋਨਾ ਤੱਕ ਪਹੁੰਚ ਗਈਆਂ ਤੇ ਜੱਗੂ ਭਗਵਾਨ ਪੁਰੀਏ ਦੇ ਗੈਂਗਸਟਰਾਂ ਨੂੰ ਜਾਂ ਉਸਦੇ ਗੈਂਗ ਦੇ ਮੈਂਬਰਾਂ ਨੂੰ ਵਿਸ਼ਵਾਰੀਆਂ ਦਾ ਹੀ ਸਾਹਮਣਾ ਕਰਨਾ ਪਿਆ ਨਾ ਤਾਂ ਕਿਸੇ ਚੀਜ਼ ਦਾ ਉਹ ਕ੍ਰੈਡਿਟ ਲੈ पाए ਕਿਉਂਕਿ ਉਹਨਾਂ ਦਾ ਆਪਣਾ ਕੋਈ ਮਫਾਦ ਨਹੀਂ ਸੀ ਨਾ ਹੀ ਇਸ ਦਾ ਕੋਈ ਫਾਇਦਾ ਦੂਸਰੇ ਤਰੀਕੇ ਨਾਲ ਉਹਨਾਂ ਨੂੰ ਹੋ ਪਾਇਆ ਸਿਰਫ ਆਪਣੇ ਹਲਕਿਆਂ ਦੇ ਵਿੱਚ ਆਪਣੀ ਪੜਾਸ ਜਿਹੜੀ ਸੀ ਉਹ ਜੱਗੂ ਭਗਵਾਨ ਪੁਰੀ ਨੇ ਕੱਢੀ ਹੁਣ ਉਲਟਾ ਤੌਮਤ ਉਸਤੇ ਹੀ ਲੱਗਣੀ ਸ਼ੁਰੂ ਹੋਈ ਤੇ ਉਸਦੇ ਆਪਣੇ ਗੈਂਗ ਮੈਂਬਰ ਹੀ ਉਸਦੇ ਉਲਟ ਹੋਣੇ ਸ਼ੁਰੂ ਹੋ ਗਏ ਕਿਉਂਕਿ ਇਹ ਸਮਝ ਦੇਣੇ ਕਿ ਜਿਹਹ ਜਗਰੂਪ ਰੂਪੇ ਜਾਂ ਮਨਪ੍ਰੀਤ ਮਾਨੂੰ ਦੇ ਜਿਹੜੇ ਇੰਕਾਊਂਟਰ ਹੋਏ ਉਹਨਾਂ ਦੇ ਵਿੱਚ ਟਿਪ ਆਫ ਜੱਗੂ ਭਗਵਾਨਪੁਰੀਏ ਵੱਲੋਂ ਦਿੱਤੀ ਗਈ ਸੋ ਇਸ ਤਰੀਕੇ ਦੀ ਸਥਿਤੀਆਂ ਨੂੰ ਦੇਖਦੇ ਹੋਏ ਇਹ ਚੀਜ਼ ਦਾ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਜੱਗੂ ਭਗਵਾਨਪੁਰੀਏ ਦਾ ਗੈਂਗ ਵੀ ਆਪਸ ਦੇ ਵਿੱਚੋਂ ਦੁਫਾੜ ਹੁੰਦਾ ਹੋਇਆ ਦਿਸਦਾ ਪਿਆ ਹੈ ਲੇਕਿਨ ਇੱਥੇ ਤੋਂ ਉਹ ਇਹ ਚੀਜ਼ ਦੱਸਦਾ ਕਿ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਏ ਤੇ ਉਸਦੇ ਗੈਂਗ ਨੂੰ ਅੰਡਰਐਸਟੀਮੇਟ ਵੀ ਨਹੀਂ ਕੀਤਾ ਜਾ ਸਕਦਾ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗ ਜਾਂ ਗੈਂਗਸਟਰ ਜਿਹੜੇ ਹੈਗੇ ਨੇ ਉਹਨਾਂ ਨੇ ਬੇਸ਼ੱਕ ਇਸ ਵਾਰਦਾਤ ਤੋਂ ਬਾਅਦ ਸੁਰਖੀਆਂ ਵਟੋੜ ਲਈਆਂ ਜਾਂ ਫਿਰ ਉਹਨਾਂ ਦਾ ਨਾਂ ਵੀ ਅੰਡਰਵਰਲਡ ਦੇ ਵਿੱਚ ਜ਼ਿਆਦਾ ਚੱਲਣ ਲੱਗ ਪਿਆ ਲੇਕਿਨ ਜੱਗੂ ਭਗਵਾਨ ਪੁਰੀਆ ਅੰਡਰਵਰਲਡ ਦੇ ਵਿੱਚ ਉਸ ਦਾ ਜਿਹੜਾ ਇੱਕ ਨੈਟਵਰਕ ਹੈ ਪੰਜਾਬ ਦੇ ਵਿੱਚ ਉਹ ਇੱਕ ਆਪਣੇ ਲੈਵਲ ਦੇ ਉੱਤੇ ਖੜਾ ਸੀ ਤੇ ਅੱਜ ਵੀ ਖੜਾ ਹੈ ਤੇ ਹੁਣ ਇੱਕ ਜਿਹੜੀ ਅਗਲੀ ਸੰਭਾਵਨਾ ਬਣਨੀ ਹੈ ਉਹ ਹੈ ਜੱਗੂ ਭਗਵਾਨ ਪੁਰੀਆ ਕਿਹੜੇ ਹੋਰ ਅਜਿਹੇ ਲੋਕਾਂ ਦੇ ਨਾਲ ਭਵਿੱਖ ਦੇ ਵਿੱਚ ਹੱਥ ਮਿਲਾ ਸਕਦਾ ਹੈ ਜੋ ਕਿ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਦੇ ਵਿਰੋਧੀ ਰਹੇ ਹੁਣ ਸੋ ਇਹ ਸਾਰੀਆਂ ਚੀਜ਼ਾਂ ਸੰਭਾਵਨਾਵਾਂ ਨੂੰ ਕਿਸੇ ਹੋਰ ਰਿਪੋਰਟ ਦੇ ਵਿੱਚ ਮੈਂ ਕੋਖਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਸੀ ਬਹੁਤ ਵੱਡੀ ਘਟਨਾ ਸੀ ਤੇ ਇਹ ਅਜਿਹੀ ਘਟਨਾ ਨਹੀਂ ਹੈ ਕਿ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਬਾਅਦ ਦੇ ਵਿੱਚ ਇਹ ਮਾਮਲਾ ਸੋਰਟ ਆਊਟ ਹੋਏਗਾ ਕਿਉਂਕਿ ਇਸ ਘਟਨਾ ਤੇ ਕਈ ਹਫ਼ਤੇ ਬੀਤੇ ਜਾਣ ਤੋਂ ਬਾਅਦ ਵੀ ਇਹ ਕੁੜਤਨ ਕੱਟੀ ਨਹੀਂ ਹੈ ਉਲਟਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਜਾਂ ਕੋਈ ਅਜਿਹੀ ਵਾਰਦਾਤ ਹੋ ਸਕਦੀ ਹੈ ਜਿਸ ਵਿੱਚ ਇਹ ਦੋਵੇਂ ਗੈਂਗ ਤੁਹਾਨੂੰ ਇਹ ਦੋਵੇਂ ਗੈਂਗਸਟਰ ਲਾਰੈਂਸ ਵਿਸ਼ਨੋਈ ਗੋਲਡੀ ਬਰਾੜੀ ਦੇ ਪਾਸੇ ਤੇ ਜੱਗੂ ਭਗਵਾਨਪੁਰੀਆ ਦੂਸਰੇ ਪਾਸੇ ਇਹ ਤੁਹਾਨੂੰ ਇੱਕ ਦੂਸਰੇ ਦੇ ਸਾਹਮਣੇ ਨਜ਼ਰ ਆਣ ਸੋ ਇਟ ਇਜ਼ ਅ ਮੈਟਰ ਆਫ ਟਾਈਮ ਵੀ ਹੁਣ ਪੂਰੀ ਸਥਿਤੀ ਕਿਵੇਂ ਵਾਪਰਦੀ ਹੈ ਲੇਕਿਨ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਇੱਕ ਟਰਨਿੰਗ ਪੁਆਇੰਟ ਹੈ ਅন্ডਰਵਰਲਡ ਦੇ ਵਿੱਚ ਵੀ ਜਿਸ ਨੇ ਕਿ ਬੀਜ ਬੋਤੇ ਹੈਗੇ ਨੇ ਇਹ ਲੋਕਾਂ ਦੇ ਜਿਹੜੀਆਂ ਲੀਗਸ ਇਹਨਾਂ ਦੇ ਗੈਂਗਸ ਨੇ ਆਪਸ ਦੇ ਵਿੱਚ ਫਟਨੇ ਸ਼ੁਰੂ ਹੋ ਰਹੇ ਨੇ ਹੁਣ ਆਲ ਆਲੇ ਸਮੇਂ ਦੇ ਵਿੱਚ ਜਿਹੜੇ ਪਹਿਲਾਂ ਆਪਣੇ ਆਪ ਨੂੰ ਇੱਕ ਦੂਜੇ ਦਾ ਭਰਾ ਕਹਿੰਦੇ ਸੀ ਉਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਵੀ ਦੇਖੇ ਜਾਣਗੇ ਤੇ ਦਿੱਲੀ ਦੇ ਹੋਰ ਬਹੁਤ ਸਾਰੇ ਅਜਿਹੇ ਗੈਂਗਸ ਹੈਗੇ ਨੇ ਗੈਂਗ ਮੈਂਬਰਸ ਹੈਗੇ ਨੇ ਕੋਸਲ ਚੌਧਰੀ ਤੋਂ ਲੈ ਕੇ ਟਿਲੂ ਤਾਜਪੂਰੀ ਤੋਂ ਲੈ ਕੇ ਬਹੁਤ ਅਜਿਹੇ ਹੋਰ ਗੈਂਗ ਹੈਗੇ ਨੇ ਜਿਨ੍ਹਾਂ ਦੇ ਨਾਲ ਭਵਿਕ ਦੇ ਵਿੱਚ ਜੱਗੂ ਭਗਵਾਨਪੂਰੀਆ ਜੋ ਕਿ ਅਜੇ ਤੱਕ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਤੁਰਦਾ ਰਿਹਾ ਉਹ ਹੱਥ ਮਿਲਾ ਸਕਦਾ ਹੈ ਇੱਕ ਵੱਖਰੀ ਸੰਭਾਵਨਾ ਹੈ ਮੇਰੀ ਇਸ ਰਿਪੋਰਟ ਦੇ ਫਾਲੋਅ ਅਪ ਦੇ ਵਿੱਚ ਇੱਕ ਹੋਰ ਰਿਪੋਰਟ ਮੈਂ ਛੇਤੀ ਹੀ ਬਣਾਵਾਂਗਾ ਜਿਸ ਵਿੱਚ ਕੁਝ ਹੋਰ ਡਾਈਮੈਂਸ਼ਨਸ ਨੂੰ ਪਰਖਣ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਪਰਮਿਊਟੇਸ਼ਨ ਕੰਬੀਨੇਸ਼ਨ ਅন্ডਰਵਰਲਡ ਦੇ ਵਿੱਚ ਬੈਠਣ ਵਾਲੇ ਨੇ ਤੇ ਜੱਗੂ ਭਗਵਾਨਪੂਰੀਏ ਦੀ ਆਪਣੀ ਲੀਗ ਤੇ ਉਸਦੇ ਆਪਣੇ ਨਾਲ ਜੁੜੇ ਹੋਏ ਗੈਂਗਸਟਰਾਂ ਦੇ ਉੱਤੇ ਵੀ ਉਹਨਾਂ ਦਾ ਬੈਕਗ੍ਰਾਉਂਡਰ ਵੀ ਇੱਕ ਰਿਪੋਰਟ ਮੰਗਦਾ ਹੈ ਸੋ ਉਸ ਉੱਤੇ ਵੀ ਗੱਲਬਾਤ ਕਰਾਂਗੇ ਕਿੰਨਾ ਕੁ ਫੈਲਿਆ ਹੋਇਆ ਹੈ ਜਗੂ ਭਗਵਾਨਪੂਰੀ ਦਾ ਆਪਣਾ ਨੈਟਵਰਕ ਜਿਸ ਉੱਤੇ ਹੁਣ ਤੱਕ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵਰਗੇ ਨੇ ਨਿਰਭਰ ਕੀਤਾ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵੀ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਰਿਪੋਰਟ ਛੇਤੀ ਤੁਹਾਡੀ ਨਜ਼ਰ ਕਰਾਂਗੇ ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਰਿਪੋਰਟ ਨੂੰ ਵੇਖਣ ਲਈ ਥੈਂਕ ਯੂ ਸੋ ਮੱਚ